ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਮੈਂ ਪਾ ਰਿਹਾ ਜਿਹੜੀ ਆ ਆਪਣੇ ਟਿਕਟੋਕ 'ਤੇ ਇੱਕ ਵੀਰ ਭਰਾ ਵੀਡੀਓ ਪਾਉਂਦਾ ਕਾਫੀ ਵਧੀਆ ਮੈਨੂੰ ਪੰਜਾਬੀ ਜਿਹਨਾਂ ਦਾ ਨਾਮ ਹੈ ਆਈਡੀ ਵੀ ਮੈਂਸ਼ਨ ਕਰ ਦੂੰਗਾ ਥੱਲੇ ਅਤੇ ਉਹ ਵੀਰ ਦੀਆਂ ਮੈਂ ਵੀਡੀਓ ਕਾਫੀ ਦੇਖੀਆਂ ਕਿ ਲੋਕਾਂ ਦੇ ਭੱਲੇ ਲਈ ਜਿਹੜੀਆਂ ਵੀਡੀਓ ਸਾਰੀਆਂ ਪਾਈਆਂ ਬਾਈ ਨੇ ਕਿ ਕਮਿਸ਼ਨ ਦਾ ਜਿਹੜਾ ਲੋਕ ਲੈਂਦੇ ਆ ਘਰ ਦਵਾਉਣ ਵਾਸਤੇ ਆਪਣੇ ਬੰਦੇ ਖਾਸ ਕਰਕੇ ਕਿ ਜੇ ਕਿਸੇ ਨੂੰ ਘਰ ਦੀ ਲੋੜ ਆ ਕਿ ਹਾਂ ਕਮਿਸ਼ਨ ਅਸੀਂ 500-600 ਜਿਹੜਾ ਮੰਗ ਲੈਂਦੇ ਬੰਦੇ ਆਪਣੇ ਕਿ 19 ਹਾਲੇ ਕਿਸੇ ਬੰਦੇ ਦੀ ਤਨਖਾਹ ਵੀ ਨਹੀਂ ਹੁੰਦੀ ਵਿਚਾਰਾ ਕੋਈ ਨਵਾਂ ਵੀ ਆਉਂਦਾ ਆ ਕਿਸੇ ਨੂੰ ਐਮਰਜੈਂਸੀ ਘਰ ਦੀ ਲੋੜ ਹੁੰਦੀ ਆ ਅਤੇ ਆਪਣੇ ਬੰਦੇ ਕੀ ਕਰਦੇ ਆ ਕਮਿਸ਼ਨ ਪਹਿਲਾਂ ਮੰਗ ਲੈਂਦੇ ਕਿ ਹਾਂਜੀ ਕਮਿਸ਼ਨ ਇੰਨਾ ਲਵਾਂਗੇ ਅਸੀਂ ਫਿਰ ਤੁਹਾਡਾ ਜਿਹੜਾ ਘਰ ਦਵਾਵਾਂਗੇ ਅਤੇ ਬਾਕੀ ਦੂਜੀ ਸਾਈਡ 'ਚ ਗੱਲ ਕਰੀਏ ਜੇ ਘਰ ਮਿਲਦਾ ਵੀ ਆ ਅਤੇ ਜਿਹੜੇ ਮਕਾਨ ਮਾਲਕ ਦੀ ਵੀ ਇਹੀ ਜਿਹੜੀ ਅੱਗੇ ਡਿਮਾਂਡ ਹੁੰਦੀ ਆ ਕਿ ਸਾਨੂੰ ਜਿਹੜਾ ਇੱਕ ਕਿਰਾਇਆ ਜਾਂ ਦੋ ਕਿਰਾਏ ਜਿਹੜੇ ਐਡਵਾਂਸ ਚਾਹੀਦੇ ਆ ਅਤੇ ਤੁਸੀਂ ਖੁਦ ਸੋਚੋ ਕਿ ਜਿਹੜਾ ਇੱਥੇ ਇੰਨੀ ਕਮਾਈ ਹੈ ਨਹੀਂ ਗੀ ਕਿ ਜਿਹੜਾ ਇੰਨੇ ਪੈਸੇ ਜਿਹੜਾ ਅਗਲਾ ਬੰਦਾ ਪਹਿਲਾਂ ਹੀ ਭਰਦੇ ਕਿਉਂਕਿ ਜੇ ਨਵਾਂ ਮਕਾਨ ਕੋਈ ਲੈਂਦਾ ਆ ਉਹਦੇ ਖਰਚੇ ਵੀ ਤੁਹਾਨੂੰ ਪਤਾ ਆ ਕਿ ਕਿੰਨੇ ਵੱਧ ਜਾਂਦੇ ਅੱਗੇ ਤੋਂ ਅੱਗੇ। ਮੈਂ ਇਹ ਵੀਰ ਭਰਾ ਦੇ ਜਿਹੜੇ ਹੱਕ ਦੇ ਵਿੱਚ ਇਹ ਵੀਡੀਓ ਪਾਈ ਆ, ਬਾਈ ਬਹੁਤ ਵਧੀਆ ਕੰਮ ਕਰ ਰਿਹਾ ਆ, ਜਿਹੜੀ ਇਹ ਵੀਡੀਓ ਪਾ ਰਿਹਾ ਕਮਿਸ਼ਨ ਜਿਹੜਾ ਖਤਮ ਕਰਨ ਦਿਆ ਕਿ ਜਿਹੜੀ ਕਿਸੇ ਦੀ ਹੈਲਪ ਹੋ ਸਕੇ। ਪਰ ਆਪਣੇ ਬੰਦੇ ਕਾਫੀ ਜਿਹੜੇ ਇੱਦਾਂ ਦੇ ਵਿੱਚੋਂ ਕਿ ਜਿਹੜੇ ਕਿਸੇ ਦੀ ਸਪੋਰਟ ਤਾਂ ਕੀ ਕਰਨੀ ਆ, ਸਗੋਂ ਅਗਲੇ ਦੀਆਂ ਲੱਤਾਂ ਖਿੱਚਦੇ ਆ ਕਿ ਤੁਸੀਂ ਉਹਨੂੰ ਸਪੋਰਟ ਨਹੀਂ ਕਰ ਸਕਦੇ, ਤੁਸੀਂ ਅਗਲੇ ਨੂੰ ਮਾੜਾ ਵੀ ਨਾ ਕਹੋ, ਤੁਸੀਂ ਅੱਗੇ ਉਹ ਗਾਲਾਂ ਕੱਢੀ ਜਾਂਦੇ ਆ ਯਾਰ, ਕੋਈ ਅਗਲ ਨੂੰ ਹੱਥ ਮਾਰੋ ਆਪਣਾ, ਅਗਲਾ ਵੀ ਆਪਣਾ ਵੀਰ ਭਰਾ ਆ। ਜੇ ਅਗਲਾ ਕੋਈ ਬੰਦਾ ਕੋਈ ਵਧੀਆ ਕੰਮ ਕਰਨ ਦੇ ਆ, ਕਿਸੇ ਨੇ ਪਹਿਲ ਕੀਤੀ ਆ ਕਿ ਤੁਸੀਂ ਵੀ ਯਾਰ ਪਹਿਲ ਕਰੋ, ਤੁਸੀਂ ਪਹਿਲ ਤਾਂ ਕੀ ਕਰਨੀ, ਤੁਸੀਂ ਅਗਲੇ ਨੂੰ ਗਾਲਾਂ ਕੱਢਣੇ ਕਮੈਂਟ ਦੇ ਵਿੱਚ ਮਾਵਾਂ ਭੈਣਾਂ ਦੀਆਂ ਕਿ ਤੁਹਾਡੇ ਘਰ ਮਾਵਾਂ ਭੈਣਾਂ ਹੈ ਨੀਗੀਆਂ, ਤੁਸੀਂ ਕੋਈ ਸ਼ਰਮ ਕਰੋ, ਕੋਈ ਸਪੋਰਟ ਕਰੋ ਆਪਣੇ ਬੰਦਿਆਂ ਦੀ ਕਿ ਅਗਲਾ ਜਿਹੜਾ ਤੁਹਾਡੇ ਭੱਲੇ ਲਈ ਵੀਡੀਓ ਪਾ ਰਿਹਾ ਤੁਸੀਂ ਉਹਨੂੰ ਗਾਲਾਂ ਕੱਢਣੇ ਆ, ਜਿਹੜੇ ਤੁਹਾਨੂੰ ਗਾਲਾਂ ਕੱਢਦੇ ਤੁਸੀਂ ਉਹਨਾਂ ਤੋਂ ਸੂਤ ਰਹਿੰਦੇ ਆ। ਅਤੇ ਇਸ ਕਰਕੇ ਮੇਰੀ ਇਹ ਅਪੀਲ ਆ ਆਪਣੇ ਬੰਦਿਆਂ ਨੂੰ, ਪੰਜਾਬੀਆਂ ਨੂੰ ਅਤੇ ਪਾਕਿਸਤਾਨੀ ਵੀਰ ਭਰਾਵਾਂ ਨੂੰ ਕਿ ਆਪਣੇ ਇੱਕ ਦੂਜੇ ਕਮਿਊਨਿਟੀ ਦੀ ਹੈਲਪ ਕਰੀਏ, ਨਾ ਕਿ ਲੱਤਾਂ ਖਿੱਚੀਏ, ਸਪੋਰਟ ਕਰੋ ਨਾ ਕਿ ਜਿਹੜੀ ਨੈਗੇਟਿਵਿਟੀ ਫੈਲਾਈਏ। ਸਤਿ ਸ਼੍ਰੀ ਅਕਾਲ ਜੀ।